ਜਿਹੜੀ ਦਵਾਈ ਭਾਅ ਜੀ ਦੇ 200 ਰੁਪਏ ਰੇਟ ਲਿਖਿਆ ਹੋਇਆ ਜੀ, ਆਹ ਅਸੀਂ ਤੁਹਾਨੂੰ 80 ਰੁਪਏ ਦੀ ਦੇਵਾਂਗੇ ਜੀ। ਮਤਲਬ ਪ੍ਰਿੰਟ ਰੇਟ ਤੋਂ ਵੀ ਡਿਸਕਾਊਂਟ ਦੇ ਰਹੇ ਹਾਂ ਭਾਅ ਜੀ। ਅਸੀਂ ਜੇ ਬੰਦਾ ਸਾਡੇ ਨੇੜੇ ਤੇੜੇ ਦਾ ਹੈ ਅਸੀਂ ਉਹਨੂੰ ਘਰ ਵੀ ਹੋਮ ਡਿਲੀਵਰੀ ਦੇ ਰਹੇ ਹਾਂ ਜੀ ਉਸ ਚੀਜ਼ ਦੀ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਥਾਂ ਜਿੱਥੇ ਨੇ ਕਰਿਆਨੇ ਦੀਆਂ ਦੁਕਾਨਾਂ ਖੋਲ੍ਹੀ ਜਾ ਰਹੀਆਂ ਨੇ, ਉੱਥੇ ਹੀ ਪਟਿਆਲਾ ਦੇ ਵਿੱਚ ਗੱਲ ਕੀਤੀ ਜਾਵੇ ਭਾਰਸਾ ਰੋਡ ਦੇ ਵਿੱਚ ਸਥਿਤ ਗੁਰੂ ਨਾਨਕ ਮੋਦੀ ਖਾਨਾ ਦੇ ਨਾਂ 'ਤੇ ਮੈਡੀਕਲ ਸਟੋਰ ਖੋਲ੍ਹਿਆ ਜਾ ਰਿਹਾ। ਤੁਹਾਨੂੰ ਤਸਵੀਰਾਂ ਦਿਖਾ ਦਈਏ, ਭਾਰਸਾ ਰੋਡ ਦੇ ਉੱਪਰ ਜਿਹੜਾ ਮੈਡੀਕਲ ਸਟੋਰ ਖੋਲ੍ਹਿਆ ਗਿਆ, ਇਸ ਸਟੋਰ 'ਤੇ ਸਾਨੂੰ ਜਿਹੜਾ ਬੜੇ ਵਾਜਬ ਰੇਟਾਂ 'ਤੇ ਜਿਹੜੀਆਂ ਦਵਾਈਆਂ ਉਪਲਬਧ ਹੋ ਰਹੀਆਂ। ਸੋ ਇਹ ਭਾਰਸਾ ਰੋਡ 'ਤੇ ਕੋਈ ਵੀ ਜਿਹੜਾ ਵਿਅਕਤੀ ਆ ਕੇ ਜਿਹੜਾ ਦਵਾਈਆਂ ਬਹੁਤ ਹੀ ਸਸਤੇ ਭਾਅ 'ਤੇ ਲੈ ਸਕਦਾ ਹੈ। ਸਾਡੇ ਨਾਲ ਦੁਕਾਨਦਾਰ ਜਿਹੜੇ ਓਨਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਕੀ ਨਾਮ ਹੈ ਤੁਹਾਡਾ? ਜਿਹੜਾ ਗੁਰੂ ਨਾਨਕ ਸਾਹਿਬ ਦੇ ਉੱਪਰ ਜਿਹੜਾ ਦੁਕਾਨ ਖੋਲ੍ਹੀ ਹੈ ਮੈਡੀਕਲ ਦੀ, ਸਭ ਤੋਂ ਪਹਿਲਾਂ ਦੱਸੋ ਵੀ ਕੀ ਸੋਚ ਕੇ ਦੁਕਾਨ ਖੋਲ੍ਹੀ ਸੀ? ਭਾਅ ਜੀ ਆਹ ਗੱਲ ਸੋਚ ਕੇ ਅਸੀਂ ਦੁਕਾਨ ਖੋਲ੍ਹੀ ਹੈ ਜੀ ਵੀ ਸਾਡੇ ਸਾਰੇ ਵੀਰਾਂ ਦਾ ਜੀ ਮਦਦ ਹੋਵੇ, ਜਿਹੜੇ ਆਪਣੇ ਬੰਦੇ ਜਿਨ੍ਹਾਂ ਦੇ ਘਰ ਦੀ ਦਵਾਈ ਜ਼ਿਆਦਾ ਕੋਸਟਲੀ, ਅੱਜ ਕੱਲ੍ਹ ਹਰ ਇੱਕ ਘਰ 'ਚ ਦਵਾਈ ਆ ਭਾਅ ਜੀ, ਜੇ ਹਰ ਇੱਕ ਘਰ 'ਚ ਪ੍ਰੋਬਲਮ ਚੱਲ ਰਹੀ ਹੈ, ਜਿਸ ਘਰ ਦੇ ਵਿੱਚ ਦਵਾਈ ਜ਼ਿਆਦਾ ਆ ਰਹੀ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਡਿਸਕਾਊਂਟ ਦਈਏ ਵੀ ਜੇ ਉਹਨਾਂ ਦਾ ਖਰਚਾ ਮਹੀਨੇ ਦਾ 5000 ਦਾ ਦਵਾਈ ਦਾ ਜੀ ਤਾਂ ਉਹ 3500 ਦਾ 3000 ਦਾ ਰਹਿ ਜਾਵੇ ਜੀ। ਰੇਟਾਂ ਦੀ ਗੱਲ ਕੀਤੀ ਜਾਵੇ ਬਈ ਕਿੰਨਾ ਕੁ ਡਿਸਕਾਊਂਟ ਹੈ, ਜਿਸ ਤਰ੍ਹਾਂ ਆਹ ਇਸ ਚੀਜ਼ ਦੀ ਗੱਲ ਕੀਤੀ ਜਾਵੇ ਜਿਸ ਇਸਦਾ ਪ੍ਰਾਈਜ਼ ਲਿਖਿਆ ਪਿਆ, ਜੋ ਇਸਦਾ ਪ੍ਰਾਈਜ਼ ਹੈ ਤਕਰੀਬਨ 200 ਰੁਪਏ ਰੇਟ ਲਿਖਿਆ ਪਿਆ, ਅਤੇ ਤੁਹਾਡੇ ਵੱਲ ਜਿਹੜਾ ਕੋਈ ਗਾਹਕ ਆਉਂਦਾ ਤਾਂ ਉਹਨੂੰ ਕਿੰਨੇ ਦੀ ਦਿੱਤੀ ਜਾਂਦੀ ਹੈ? ਜਿਸ ਜਿਹੜੀ ਦਵਾਈ ਭਾਅ ਜੀ ਦੇ 200 ਰੁਪਏ ਰੇਟ ਲਿਖਿਆ ਹੋਇਆ ਜੀ, ਆਹ ਅਸੀਂ ਤੁਹਾਨੂੰ 80 ਰੁਪਏ ਦੀ ਦੇਵਾਂਗੇ ਜੀ। ਹਾਂਜੀ ਆਹ ਦਵਾਈ ਦੀ ਜੀ। ਅਤੇ ਹੋਰ ਦਵਾਈਆਂ ਦੀ ਗੱਲ ਕੀਤੀ ਜਾਵੇ, ਆਹ ਦੇਖੋ ਜੀ ਹੱਥ ਦੇ ਮਤਲਬ ਬੱਚਿਆਂ ਦਾ ਸਾਫ ਕਰਨ ਵਾਲਾ ਜੀ ਡਾਈਪਰ ਵਗੈਰਾ ਨੇ ਜੀ, ਆਹ ਇਹਦਾ 250 ਪ੍ਰਿੰਟ ਆ ਭਾਅ ਜੀ, ਆਹ ਆਪਾਂ ਤੁਹਾਨੂੰ 190 ਰੁਪਏ ਦੇ ਦੇਵਾਂਗੇ ਜੀ। ਆਹ ਮਤਲਬ ਵੀ ਹਰ ਇੱਕ ਦਵਾਈ 'ਚੋਂ ਭਾਅ ਜੀ ਆਪਾਂ ਡਿਸਕਾਊਂਟ ਦੇ ਰਹੇ ਹਾਂ ਜੀ, ਮਤਲਬ ਪ੍ਰਿੰਟ ਰੇਟ ਤੋਂ ਵੀ ਡਿਸਕਾਊਂਟ ਦੇ ਰਹੇ ਹਾਂ ਭਾਅ ਜੀ। ਕੋਈ ਇਸ ਤਰ੍ਹਾਂ ਦਾ ਵੀ ਹੈ ਕਿ ਨਵੇਂ ਡਾਕਟਰਾਂ ਨਾਲ ਕੋਈ ਕੰਟੈਕਟ ਕੀਤਾ ਹੋਵੇ, ਕੀ ਨਾਮ ਹੈ ਵੀ ਇਹ ਡਾਕਟਰ ਦੀ ਦਵਾਈ ਹੈ, ਜਾਂ ਹੁਣ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਜਿਹੜਾ ਮੇਨ ਹਸਪਤਾਲ ਆ ਉਹ ਰਜਿੰਦਰਾ ਹਸਪਤਾਲ ਪੈਂਦਾ, ਜਿੱਥੇ ਹਰ ਬਿਮਾਰੀਆਂ ਦਾ ਇਲਾਜ ਹੁੰਦਾ, ਜਾਂ ਫਿਰ ਪ੍ਰਾਈਵੇਟ ਹਸਪਤਾਲ ਨੇ, ਕਿਉਂਕਿ ਜਿਹੜਾ ਰਜਿੰਦਰਾ ਹਸਪਤਾਲ ਆ ਉੱਥੇ ਜ਼ਿਆਦਾਤਰ ਲੋਕ ਗਰੀਬ ਲੋਕ ਹੀ ਆਉਂਦੇ ਨੇ ਜਿਹੜੇ ਲੋੜਵੰਦ ਹੁੰਦੇ ਨੇ, ਉਹਨਾਂ ਨਾਲ ਵੀ ਕੰਟੈਕਟ ਕੀਤਾ ਗਿਆ ਡਾਕਟਰ ਸਾਹਿਬਾਨ ਨਾਲ ਦਵਾਈਆਂ ਉਹਨਾਂ ਦੀ? ਐਕਚੁਅਲੀ ਰਜਿੰਦਰਾ ਹਸਪਤਾਲ ਦੇ ਵਿੱਚ ਅਸੀਂ ਸਾਡੇ ਜਿਹੜੇ ਭਰਾ ਨੇ ਜੀ ਉਹਨਾਂ ਨੇ ਟ੍ਰੇਨਿੰਗ ਲਿੱਤੀ ਹੋਈ ਹੈ ਜੀ, ਠੀਕ ਹੈ ਜੀ। ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੇ ਵੀ ਡਾਕਟਰ ਬਹਿੰਦੇ ਨੇ ਉਹਨਾਂ ਦੀ ਕਿਹੜੀ ਮੈਡੀਸਨ ਚੱਲ ਰਹੀ ਹੈ ਜੀ ਉਹਨਾਂ ਦੀ, ਉਹ ਆਲਮੋਸਟ ਅਸੀਂ ਪੂਰੀ ਕਰ ਚੁੱਕੇ ਹਾਂ ਜੀ। ਬਾਕੀ ਭਾਅ ਜੀ ਜਿਵੇਂ ਜਿਵੇਂ ਲੋਕ ਆ ਰਹੇ ਨੇ ਸਾਡੇ ਕੋਲ ਵੀ ਜਿਵੇਂ ਕੋਈ ਮੈਡੀਸਨ ਸਾਡੇ ਕੋਲ ਜਿਹੜੀ ਤਾਂ ਹੈਗੀ ਅਸੀਂ ਉਹਨੂੰ ਦੇ ਦਈ ਦਾ, ਜਿਹੜੀ ਮੈਡੀਸਨ ਨਹੀਂ ਹੈਗੀ ਅਸੀਂ ਜੇ ਬੰਦਾ ਸਾਡੇ ਨੇੜੇ ਤੇੜੇ ਦਾ ਹੈ ਅਸੀਂ ਉਹਨੂੰ ਘਰ ਵੀ ਹੋਮ ਡਿਲੀਵਰੀ ਦੇ ਰਹੇ ਹਾਂ ਜੀ ਉਸ ਚੀਜ਼ ਦੀ। ਨੋਰਮਲ ਦਵਾਈਆਂ ਦੀ ਗੱਲ ਕੀਤੀ ਜਾਵੇ, ਨੋਰਮਲ ਦਵਾਈਆਂ ਦੇ ਵਿੱਚ ਕਿੰਨਾ ਕੁ ਡਿਸਕਾਊਂਟ ਹੋਊਗਾ? ਭਾਅ ਜੀ ਨੋਰਮਲ ਦਵਾਈਆਂ ਦੇ ਵਿੱਚੋਂ ਜਿਹੜੀ ਤਾਂ ਕੰਪਨੀ ਦੀ ਦਵਾਈਆਂ ਨੇ ਭਾਅ ਜੀ ਉਹਦੇ ਵਿੱਚ ਅਸੀਂ ਬਾਜ਼ਾਰ ਦੇ ਨਾਲੋਂ ਘੱਟ ਦੇ ਰੇਟ 'ਤੇ ਦੇਵਾਂਗੇ, ਮਤਲਬ ਪੂਰਾ ਡਿਸਕਾਊਂਟ ਦੇਵਾਂਗੇ ਜੀ, ਹੈਵੀ ਡਿਸਕਾਊਂਟ ਦੇਵਾਂਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਆ ਘਰ ਦੇ ਵਿੱਚ ਕਿਸੇ ਕੋਲ ਦਵਾਈ ਆ ਤਾਂ ਤੁਹਾਡੇ ਕੋਲ ਲੈ ਕੇ ਆ ਸਕਦਾ ਹੈ, ਕਿਉਂਕਿ ਅਕਸਰ ਜਿਹੜਾ ਆਪਾਂ ਦੇਖਿਆ ਪਰਿਵਾਰ ਦੇ ਵਿੱਚ ਸਾਰਿਆਂ ਕੋਲ ਦਵਾਈਆਂ ਹੁੰਦੀਆਂ ਨੇ, ਕੀ ਪ੍ਰੋਸੀਜਰ ਰੱਖਿਆ ਗਿਆ ਉਹਦਾ? ਦੇਖੋ ਭਾਅ ਜੀ ਮੇਰੀ ਬੇਨਤੀ ਤਾਂ ਇਹੀ ਆ ਜੀ, ਕਈ ਬੰਦੇ ਐਵੇਂ ਦੇ ਆਉਂਦੇ ਨੇ ਭਾਅ ਜੀ ਲੋੜਵੰਦ, ਜਿਹੜੇ ਵਿਚਾਰੇ ਆਪਣੀ ਬਿਮਾਰੀ ਨਾਲ ਝੂਝਦੇ ਰਹਿੰਦੇ ਨੇ ਉਹ ਦਵਾਈ ਨਹੀਂ ਲੈ ਸਕਦੇ, ਉਹਨਾਂ ਨੂੰ ਪਤਾ ਵੀ ਅਸੀਂ ਕਿੱਥੋਂ ਲਵਾਂਗੇ, ਵੀ ਅੱਜ ਕੱਲ੍ਹ ਜੇ ਦਵਾਈ ਲੈਣ ਜਾਈਏ ਤਾਂ ਕੋਈ ਵੀ 500-700 ਤੋਂ ਘੱਟ ਨਹੀਂ ਆ ਰਹੀ ਜੀ। ਇਸ ਕਰਕੇ ਭਾਅ ਜੀ ਮੇਰੇ ਸਾਰਿਆਂ ਨੂੰ ਆਹੀ ਬੇਨਤੀ ਆ ਵੀ ਆਪਣੇ ਘਰ ਦੇ ਵਿੱਚ ਜਿਹੜੀ ਵੀ ਕੋਈ ਐਵੇਂ ਦੀ ਦਵਾਈ ਹੈ ਜਿਹੜੀ ਆਪਾਂ ਇੱਕ ਖੁਰਾਕ ਲੈ ਕੇ ਸਿੱਟ ਦੀ ਆ ਜੀ, ਉਹ ਦਵਾਈ ਸਾਨੂੰ ਦੇ ਦਿੱਤੀ ਜਾਵੇ, ਅਸੀਂ ਉਹੀ ਦਵਾਈ ਉਸ ਕੋਈ ਹਰੇਕ ਜ਼ਰੂਰਤਮੰਦ ਬੰਦੇ ਨੂੰ, ਜਿਹੜੇ ਜ਼ਰੂਰਤਮੰਦ ਨੂੰ ਮੁਫਤ ਦੇਵਾਂਗੇ ਜੀ। ਵੀ ਸਿੱਟਣ ਦੀ ਬਜਾਏ ਆਪਾਂ ਜੇ ਆਪਾਂ ਦਵਾਈ ਸਿੱਟ ਦਈਏ ਜੀ, ਸਿੱਟਣ ਦੀ ਬਜਾਏ ਉਹ ਦਵਾਈ ਸਾਨੂੰ ਦੇ ਦਿੱਤੀ ਜਾਵੇ, ਅਸੀਂ ਉਹਦਾ ਇੱਕ ਅੱਡ ਡਿਪਾਰਟਮੈਂਟ ਬਣਾਇਆ ਹੋਇਆ ਜੀ, ਉਹ ਅਸੀਂ ਹਰ ਇੱਕ ਜ਼ਰੂਰਤਮੰਦ ਬੰਦੇ ਨੂੰ ਫ੍ਰੀ ਮੁਫਤ ਦਵਾਈ ਦੇਵਾਂਗੇ ਜੀ। ਜੈਨਰਿਕ ਦਵਾਈਆਂ ਦੀ ਗੱਲ ਕੀਤੀ ਜਾਵੇ, ਅਕਸਰ ਹੀ ਕਿਹਾ ਜਾਂਦਾ ਉਹ ਜਿਹੜੀਆਂ ਮਹਿੰਗੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੀ ਕੋਈ ਕਿਸ ਤਰ੍ਹਾਂ ਡਿਸਕਾਊਂਟ ਕੀਤਾ ਜਾ ਰਿਹਾ? ਭਾਅ ਜੀ ਜਿਹੜੀ ਦੇਖੋ ਜੈਨਰਿਕ ਦਵਾਈ ਆ ਜੀ, ਉਹ ਜੈਨਰਿਕ ਦਵਾਈ ਦਾ ਮਤਲਬ ਦੇਸੀ ਦਵਾਈ ਆ ਗਈਆਂ ਜੀ। ਦੇਸੀ ਦਵਾਈ ਦੇ ਵਿੱਚ ਤਾਂ ਭਾਅ ਜੀ ਜਿੰਨਾ ਮਰਜ਼ੀ ਡਿਸਕਾਊਂਟ ਬੰਦਾ ਕਰ ਲਵੇ, 70 ਕਰ ਲਵੇ, 80 ਕਰ ਲਵੇ, ਜਿੰਨਾ ਮਰਜ਼ੀ ਕਰ ਲਵੇ, ਸਾਡੇ ਕੋਲ ਸਾਰੀ ਕੰਪਨੀ ਬ੍ਰਾਂਡਡ ਦੀ ਹੈ ਜੀ। ਅਸੀਂ ਉਹ ਜਿਹੜੀ ਬ੍ਰਾਂਡਡ ਦਵਾਈਆਂ ਨੇ ਜਿਹੜੇ ਆਮ ਦੁਕਾਨਦਾਰ ਦਵਾਈ ਦੇ ਰਹੇ ਨੇ ਉਸ ਤੋਂ ਵੱਧ ਡਿਸਕਾਊਂਟ 'ਤੇ ਦੇਵਾਂਗੇ ਜੀ। ਜਿਸ ਤਰ੍ਹਾਂ ਭਾਅ ਜੀ ਲੁਧਿਆਣਾ ਦੇ ਵਿੱਚ ਜਿਹੜਾ ਜੰਡੂ ਵੱਲੋਂ ਜਿਹੜਾ ਖੋਲ੍ਹਿਆ ਗਿਆ ਸੀ ਮੈਡੀਕਲ ਸਟੋਰ, ਪਰ ਜਿਹੜਾ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਜਿਹੜਾ ਸਰਕਾਰ ਦੀ ਮਿਲਭੁਗਤ ਤੋਂ ਬਾਅਦ ਉਹ ਬੰਦ ਕਰਤਾ ਗਿਆ, ਕਿ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਵੀ ਤੁਹਾਡਾ ਜਿਹੜਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਦਵਾਈਆਂ ਸਸਤੀਆਂ ਮਿਲਣਗੀਆਂ ਅਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪ੍ਰੈਸ਼ਰ ਆਵੇ ਅਤੇ ਦੁਕਾਨ ਬੰਦ ਕਰਨੀ ਪਵੇ? ਦੇਖੋ ਭਾਅ ਜੀ ਜਿੰਨਾ ਚਿਰ ਲੜਾਂਗੇ ਜੀ, ਭਰਾ ਸਾਰੇ ਸਾਡੇ ਨਾਲ ਹੋਣਗੇ ਜੀ, ਤਾਂ ਅਸੀਂ ਖੜ੍ਹੇ ਹਾਂ ਜੀ। ਜਿਸ ਟਾਈਮ ਭਾਅ ਜੀ ਜਦ ਸਾਰੇ ਪ੍ਰੈਸ਼ਰ ਪਾਉਣਗੇ ਫਿਰ ਕਿਤੇ 100 ਬੰਦਾ ਕਿਤੇ 1 ਬੰਦਾ ਉਹ ਕੀ ਕਰ ਲੂਗਾ ਜੀ? ਜੇ ਮੇਰੇ ਨਾਲ ਮੇਰੇ ਸਾਰੇ ਭਰਾ ਹੋਣਗੇ ਜੀ ਫਿਰ ਅਸੀਂ ਡਟਾਂਗੇ ਜੀ, ਖੜਾਂਗੇ ਜੀ, ਚਾਹੇ ਸਾਰੀ ਉਮਰ ਚੱਲੇ ਜੀ, ਕਿਸ ਕਰਾਂਗੇ, ਸੇਵਾ ਪੂਰੀ ਫੁੱਲ ਕਰਾਂਗੇ ਜੀ।
ਬਾਕੀ ਤੋਂ 80% ਡਿਸਕਾਊਂਟ ਮਿਲ ਰਹੇ ਪਰ ਭਾਜੀ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਸਮਝ ਪਾ ਰਹੇ ਹੋ ਵੀ ਜਿਹੜਾ 80% ਡਿਸਕਾਊਂਟ ਮਿਲ ਰਿਹਾ ਜੀ ਉਹ ਤੁਹਾਨੂੰ 80% ਮਿਲ ਰਿਹਾ 50% ਮਿਲ ਰਿਹਾ ਵੀ ਉਹ ਡਿਸਕਾਊਂਟ ਤੁਹਾਨੂੰ ਦੇਸੀ ਦਵਾਈਆਂ 'ਤੇ ਮਿਲ ਰਿਹਾ ਭਾਜੀ ਆਪਣੀ ਬ੍ਰਾਂਡਡ ਦਵਾਈਆਂ ਨੇ ਜਿੰਨਾ ਤੁਹਾਨੂੰ ਮਾਰਕੀਟ 'ਚ ਡਿਸਕਾਊਂਟ ਮਿਲਦਾ ਉਸ ਤੋਂ ਅਸੀਂ ਦੁੱਗਣਾ ਡਿਸਕਾਊਂਟ ਕਰਕੇ ਤੁਹਾਨੂੰ ਦਵਾਈਆਂ ਦੇਵਾਂਗੇ ਜੀ ਹਾਂਜੀ ਸੋ ਇਹ ਸਨ ਦੁਕਾਨਦਾਰ ਦੇ ਉਹਨਾਂ ਜਿਨ੍ਹਾਂ ਵੱਲੋਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਜਿਹੜਾ ਨਾਮ ਦੇ ਉੱਪਰ ਜਾਂ ਮੈਡੀਕਲ ਸਟੋਰ ਖੋਲ੍ਹਿਆ ਗਿਆ ਸੋ ਅਸੀਂ ਵੀ ਲੋਕਾਂ ਨੂੰ ਅਪੀਲ ਕਰਦਾ ਜੇਕਰ ਕਿਸੇ ਨੂੰ ਦਵਾਈ ਲੋੜ ਆ ਤਾਂ ਉਰੇ ਆ ਕੇ ਵਾਜਬ ਰੇਟਾਂ ਨਾਲ ਜਿਹੜੀ ਆ ਤੁਸੀਂ ਦਵਾਈ ਲੈ ਸਕਦੇ ਹੋ ਪਟਿਆਲਾ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ